ਗੱਲ ਕਰੀਏ ਆਪਣੇ ਪੰਜਾਬ ਦੀ ਜਿੱਦੇ ਉੱਤੇ ਜ਼ੁਲਮਦਰ ਜ਼ੁਲਮ ਆਂਦੇ ਰਹੇ ਤੇ ਇਹ ਗੱਲ ਚਲਦੀ ਰਹੀ ਖਾਦਾ ਪੀਤਾ ਲਾਏ ਦਾ ਤੇ ਰਹਿੰਦਾ ਐਮਚਾ ਇਹਦਾ ਅੱਜ ਇੱਕ ਬੜਾ ਇੱਕ ਗੰਭੀਰ ਸਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਇੱਕ ਉਜਾਗਰ ਹੋ ਗਿਆ ਇੱਕ ਪੇਸ਼ ਹੋ ਗਿਆ ਕਿੰਨੇ ਕੀਤਾ ਹੋਰ ਨਹੀਂ ਕਿਸੇ ਨੇ ਕੀਤਾ ਉਹਨਾਂ ਦੀ ਆਪਣੀ ਬੇਟੀ ਸੀਰਤ ਕੌਰ ਮਾਨ ਨੇ ਕੀਤਾ ਦੇਖੋ ਉਹਦੇ ਸੰਸਕਾਰ ਕਿੰਨੇ ਅੱਛੇ ਨੇ ਉਹਨੇ ਆਪਣੇ ਆਪ ਨੂੰ ਜਦੋਂ ਇਹ ਛੋਟੀ ਜੀ ਵੀਡੀਓ ਪਾਈਏ ਤੇ ਉਹਨੇ ਇਹ ਕਿਹਾ ਸੀਰਤ ਕੌਰ ਮਾਨ ਤੇ ਸਾਡੇ ਭਗਵੰਤ ਮਾਨ ਜੀ ਜਿਹੜੇ ਨੇ ਉਹਦੇ ਉਹਨਾਂ ਨੇ ਆਪਣੇ ਆਪ ਦੇ ਜਿਹੜੇ ਦਾਇਰੇ ਨੇ ਉਹਨਾਂ ਵਿੱਚੋਂ ਸਿੰਘ ਸ਼ਬਦ ਦਾ ਜਿਹੜਾ ਪ੍ਰਯੋਗ ਉਹ ਖਤਮ ਕਰ ਦਿੱਤਾ ਜਿਹੜਾ ਉਪਯੋਗ ਉਹ ਖਤਮ ਕਰ ਦਿੱਤਾ ਕੋਈ ਸਿੰਗਾਵਲੀ ਗੱਲ ਨਹੀਂ ਰਹੀ ਤੇ ਕੋਈ ਬਾਤ ਨਹੀਂ ਰਹੀ ਤੇ ਜਿਹੜੇ ਵੀ ਇੱਕ ਵਿਚਾਰ ਆਏ ਨੇ ਸਾਹਮਣੇ ਉਹ ਵਿਚਾਰ ਕੀ ਨੇ ਬੀਬੀ ਨੇ ਬਹੁਤ ਸੋਨੇ ਢੰਗ ਨਾਲ ਪੰਜਾਬ ਦੇ ਲੋਕਾਂ ਨੂੰ ਅਗਾਹ ਕੀਤਾ ਕਿਸ ਵਜ੍ਹਾ ਕਰਕੇ ਕੀਤਾ ਕਿਵੇਂ ਉਹਦਾ ਹਿਰਦਾ ਜਿਹੜਾ ਛਲਨੇ-ਚਲਨੇ ਹੋਇਆ ਗਿਆ ਹੋਇਆ ਹੋਏਗਾ ਜਿਸ ਪਿਓ ਨੇ ਆਪਣੀ ਧੀ ਤੇ ਆਪਣੇ ਪੁੱਤਰ ਤੇ ਆਪਣੀ ਧਰਮ ਪਤਨੀ ਜਿਹਦੇ ਨਾਲ ਚਾਰ ਫੇਰੇ ਲਏ ਸਨ ਉਹਨਾਂ ਨੂੰ ਜਿਹੜੀ ਇਤਲਾਜਲੀ ਦੇ ਦਿੱਤੀ ਕਿਸ ਵਜ੍ਹਾ ਕਰਕੇ ਦੇ ਦਿੱਤੀ ਮੈਂ ਪੰਜਾਬ ਦੀ ਸੇਵਾ ਕਰਨੀ ਹੈ ਉਹ ਭਾਈ ਤੂੰ ਪੰਜਾਬ ਦੀ ਸੇਵਾ ਤੇ ਮੇਰੇ ਵੀਰ ਕਰਨੀ ਹੈ ਭਗਵੰਤ ਮਾਨ ਮੈਂ ਤੈਨੂੰ ਵੀਰ ਨਾਂ ਨਾਲ ਇਸ ਲਈ ਸੰਬੋਧਨ ਕਰ ਰਿਹਾ ਕਿਉਂਕਿ ਮੈਂ ਤੁਹਾਡਾ ਸਤਿਕਾਰ ਕਰਦਾ ਨਾ ਸਤਿਕਾਰ ਕਰਨਾ ਜ਼ਰੂਰੀ ਹੈ ਇਸ ਸਿੱਖੀ ਦੇ ਵਿੱਚ ਇੱਕ ਪਰੰਪਰਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੋਈ ਪਤੇ ਕਹਿਣਾ ਇਹ ਇੱਕ ਬੜਾ ਵੱਡਾ ਜਿਹੜਾ ਹੈ ਇੱਕ ਮੰਨਿਆ ਜਾਂਦਾ ਹੈ ਕਿ ਇਹ ਸਿੱਖੀ ਪਰੰਪਰਾਵਾਂ ਤੇ ਰੌ ਰੀਤਾਂ ਦੇ ਉੱਤੇ ਇਹ ਜਿਹੜਾ ਬੋਲਿਆ ਇਹ ਚੱਲਣਾ ਚਾਹੀਦਾ ਔਰ ਤੁਸੀਂ ਇਹ ਦੇਖੋ ਤੁਸੀਂ ਆਪਣੇ ਨਾਂ ਨਾਲ ਭਗਵੰਤ ਮਾਨ ਔਰ ਕਦੀ ਤੁਸੀਂ ਜਿਹੜੀ ਜਿੰਨੇ ਵੀ ਸਮਾਰੋਹ ਕੀਤੇ ਨੇ ਉਹਦੇ ਜਿਹੜੇ ਕੈਪਸ਼ਨ ਨੇ ਭਗਵੰਤ ਮਾਨ ਜਿੰਨੀਆਂ ਐਡਵਰਟਾਈਜ਼ਮੈਂਟਸ ਦਿੱਤੀਆਂ ਨੇ ਉਹਨਾਂ ਦੇ ਵਿੱਚ ਭਗਵੰਤ ਮਾਨ ਇਸ ਤਰ੍ਹਾਂ ਦਾ ਜਿਹੜਾ ਸਿੰਘ ਸ਼ਬਦ ਦਾ ਪ੍ਰਯੋਗ ਨਹੀਂ ਕੀਤਾ ਤੁਸੀਂ ਜਿਹੜਾ ਤੁਹਾਨੂੰ ਤੁਹਾਡਾ ਜ਼ਮਾਂਦਰੂ ਮਿਲਿਆ ਹੋਇਆ ਅੱਸੀ ਦਾ ਮਾਨ ਸਨਮਾਨ ਮਾਨ ਸਭ ਤੁਸੀਂ ਉਹਦਾ ਹੀ ਨਹੀਂ ਕਰ ਸਕਦੇ ਮਾਨ ਸਨਮਾਨ ਤੇ ਕੀ ਕਰੋਗੇ ਬੇਟੀ ਸੀਰਤ ਕੌਰ ਨੇ ਬੜੇ ਸਾਫ਼ ਤੇ ਸਪੱਸ਼ਟ ਸ਼ਬਦਾਂ ਤੇ ਤੁਹਾਡੇ ਉੱਤੇ ਸਵਾਲ ਚੁੱਕੇ ਨੇ ਵੀਡੀਓ ਬੜੀ ਵਾਇਰਲ ਹੋ ਗਈ ਏ ਔਰ ਹੁੰਦੀ ਰਹੇਗੀ ਵਾਇਰਲ ਔਰ ਕਿਵੇਂ ਤੇ ਕਿਸ ਤਰ੍ਹਾਂ ਤੁਹਾਡੇ ਵਿਰੋਧੀ ਇਸ ਚੀਜ਼ ਦਾ ਫਾਇਦਾ ਉਠਾਣਗੇ ਇਹ ਮੈਨੂੰ ਨਹੀਂ ਪਤਾ ਲੇਕਿਨ ਇੱਕ ਚੀਜ਼ ਹੈ ਇਸ ਵੇਲੇ ਤੁਸੀਂ ਜਿਹੜੇ ਇਸ ਸਥਾਪਨਾਲ ਚੱਲ ਰਹੇ ਹੋ ਬੇਟੀ ਦੀ ਆਵਾਜ਼ ਨੂੰ ਨਹੀਂ ਸੁਣ ਸਕੇ ਪਛਾਣ ਸਕੇ ਜਦੋਂ ਉਹਨਾਂ ਨੂੰ ਤੁਸੀਂ ਇਸ ਲਈ ਪਰਿਵਾਰ ਨਾਲੋਂ ਵੱਖ ਕਰ ਦਿੱਤਾ ਆਪਣੇ ਪਰਿਵਾਰ ਦਾ ਹਿੱਸਾ ਨਹੀਂ ਸਮਝਿਆ ਕਿ ਮੈਂ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਹੈ ਪੰਜਾਬ ਦੀ ਗੱਲ ਕਰਨੀ ਹੈ ਪੰਜਾਬ ਦੀ ਸੇਵਾ ਕਰਨੀ ਹੈ ਤੇ ਉਹ ਸੇਵਾ ਦੇ ਵਿੱਚ ਸਿਰਤ ਕੌਰ ਮਾਨ ਨੇ ਬੜੇ ਸਾਫ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਤੁਸੀਂ ਸਾਨੂੰ ਛੱਡ ਦਿੱਤਾ ਆਪਣੇ ਪੰਜਾਬ ਦੀ ਖਾਤਰ ਪੰਜਾਬ ਦੇ ਲੋਕਾਂ ਦੀ ਖਾਤਰ ਲੇਕਿਨ ਤੁਸੀਂ ਕੀ ਸੇਵਾ ਕੀਤੀ ਕੀ ਬਦਲਾਓ ਲਿਆਦਾ ਇਹ ਅਜੇ ਤੱਕ ਕਿਸੇ ਨੂੰ ਸਮਝ ਨਹੀਂ ਆਇਆ ਲੇਕਿਨ ਇੱਕ ਗੱਲਾਂ ਵਿੱਚੋਂ ਗੱਲ ਹੋਰ ਨਿਕਲਦੀ ਏ ਬਤੌਰ ਮੁੱਖ ਮੰਤਰੀ ਇੱਕ ਪਹਿਲਾ ਬਦਲਾਅ ਇਹ ਆਇਆ ਕਿ ਉਹਨਾਂ ਨੇ ਸ਼ਾਦੀ ਕੀਤੀ ਡਾਕਟਰ ਬੇਟੀ ਨਾਲ ਔਰ ਉਸ ਨੂੰ ਜਿਹੜਾ ਇਹ ਕੱਲ ਕਿਵੇਂ ਤੇ ਕਿਸ ਤਰ੍ਹਾਂ ਸਮੇਂ ਨਹੀਂ ਲੱਗੀ ਕਿ ਜਿਹੜੀ ਪਹਿਲੀ ਧਰਮ ਪਤਨੀ ਸੀ ਉਸ ਨੂੰ ਮੈਂ ਪੰਜਾਬ ਦੀ ਖਾਤਰ ਛੱਡ ਦਿੱਤਾ ਤੇ ਅੱਜ ਇਹ ਬੇਟੀ ਨਾਲ ਮੈਂ ਸ਼ਾਦੀ ਕਰਕੇ ਜਿਹੜਾ ਨਾਮ ਨਾ ਖੱਟ ਰਿਆਂ ਜਾਂ ਮਾਰਖਾ ਮਾਰ ਰਿਆਂ ਇਹ ਕਿਸੇ ਦੇ ਪੱਲੇ ਨਹੀਂ ਪਈ ਇਹ ਗੱਲ ਮਹਾਨ ਸਾਬ ਦਰਸ਼ਨ ਜ਼ਰੂਰ ਆਉਣ ਪਰਗਟ ਹੋਣ ਟੀਵੀ ਦੇ ਉੱਤੇ ਜਿਵੇਂ ਮੋਦੀ ਸਾਹਿਬ ਪ੍ਰਗਟ ਹੁੰਦੇ ਨੇ ਤੇ ਦਿਲ ਦੀ ਗੱਲ ਕਰ ਲੈਣ ਜਾਂ ਸਵਾਲਾਂ ਦੇ ਜਵਾਬ ਦੇ ਲੈਣ ਜਾਂ ਪ੍ਰੈਸ ਜਿਹੜੀ ਇਹ ਕਰ ਲੈ ਲੇ ਲੇਕਿਨ ਪ੍ਰੈਸ ਦੇ ਉੱਤੇ ਵੀ ਜਿਹੜਾ ਉਹਨਾਂ ਐ ਜਿਹੜੀ ਐ ਇੱਕ ਗੁਪਤ ਐਮਰਜੈਂਸੀ ਲਗਾਈ ਹੋਈ ਹੈ ਕੋਈ ਪ੍ਰੈਸ ਜਿਹੜਾ মিডিਆ ਜਿਹੜਾ ਉਹਨਾਂ ਦੇ ਉੱਤੇ ਉਹਨਾਂ ਦੀ ਮਰਜ਼ੀ ਦੇ ਖਿਲਾਫ ਨਹੀਂ ਬੋਲ ਸਕਦਾ ਤੇ ਜੇ ਉਹ ਬੋਲਦੇ ਨੇ ਜਿਵੇਂ ਮੋਦੀ ਸਾਹਿਬ ਦੀਆਂ ਕਈ ਜਿਹੜੀਆਂ ਕਰਮਾਨੀਆਂ ਨੇ ਉਹ ਉਹਨਾਂ ਦੇ ਖਿਲਾਫ ਉਹਨਾਂ ਦੀ ਪਾਰਟੀ ਦੇ ਖਿਲਾਫ ਉਹਨਾਂ ਦੇ ਦੋਸਤਾਂ ਦੇ ਖਿਲਾਫ ਬੋਲਣ ਤੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਨੌਕਰੀ ਤੋਂ ਹੱਥ ਤੋਂ ਨੇ ਪੈ ਜਾਂਦੇ ਨੇ ਇਸੇ ਵਜ੍ਹਾ ਕਰਕੇ ਗੋਦੀ মিডিਆ ਦਾ ਜਨਮ ਹੋਇਆ ਤੇ ਮਾਨ ਸਾਹਿਬ ਨੇ ਵੀ ਉਹਨਾਂ ਦੀ ਲੀਹ ਤੇ ਚਲਦੇ ਹੋਏ ਗੋਦੀ মিডিਆ ਦਾ ਇੱਕ ਜਨਮ ਪੰਜਾਬ ਦੇ ਵਿੱਚ ਕਰ ਦਿੱਤਾ ਤੇ ਉਹ ਕਿਵੇਂ ਤੇ ਕਿਸ ਤਰ੍ਹਾਂ ਦਾ ਤੁਹਾਡੇ ਸਾਹਮਣੇ ਹੈ ਇੱਕ ਗੱਲ ਤੁਸੀਂ ਦੇਖੋ ਉਹਨਾਂ ਦਿੱਤੀ ਅੱਜ ਜੇ ਉਹਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਉਹਨੇ ਸਾਫ਼ ਕਿਹਾ ਮੋਦੀ ਤੁਸੀਂ ਵੀ ਸਾਨੂੰ ਮਾਨ ਸਾਹਿਬ ਛੱਡਿਆ ਆਪਣੇ ਪੰਜਾਬ ਲਈ ਪੰਜਾਬ ਦੇ ਲੋਕਾਂ ਲਈ ਤੇ ਜਿਹੜੀ ਉਹ ਤੁਸੀਂ ਨਵੀਂ ਪਿਰਤ ਪਾਈ ਬਤੌਰ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਨੇ ਇਸ਼ਾਰੇ ਕੀਤਾ ਨਾ ਵੀ ਵਿਆਹ ਕਰਾਇਆ ਤੇ ਡਾਕਟਰ ਕੁੜੀ ਨਾਲ ਵਿਆਹ ਕਰਾਇਆ ਹਰਿਆਣਾ ਦੀ ਕੁੜੀ ਹੈ ਤੇ ਫੇਰ ਤੁਸੀਂ ਅੱਗੇ ਇਹ ਦੇਖੋ ਉਸ ਕੁੜੀ ਨਾਲ ਵਿਆਹ ਕਰਾ ਕੇ ਰੰਮ ਪਤਨੀ ਦਾ ਸਥਾਨ ਜਿਹੜੀ ਹੈ ਉਹਦੀ ਪੂਰਤੀ ਕਰ ਲਈ ਤੇ ਫਿਰ ਇੱਕ ਸਥਾਨ ਔਰ ਤੁਤੀ ਪੂਰਾ ਕਰ ਰਿਹਾ ਕਿਉਂਕਿ ਉਹ ਬੀਬਾ ਇਹ ਵੀ ਕਹਿ ਰਹੀ ਏ ਕਿ ਮੈਨੂੰ ਇਹ ਪਤਾ ਲੱਗਿਆ ਕਿ ਉਹ ਵੀ ਪ੍ਰੈਗਨੈਂਟ ਹੈ ਔਰ ਉਹ ਵੀ ਇੱਕ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ ਤੇ ਫਿਰ ਉਸ ਬੱਚੇ ਨੂੰ ਜੇ ਜਨਮ ਦੇਣਾ ਸੀ ਤੇ ਇਹ ਜੋ ਜਨਮੇ ਸੀਗੇ ਬੱਚੇ ਇਹਨਾਂ ਦਾ ਪਾਲਣ ਪੋਸ਼ਣ ਕਰਨ ਤੋਂ ਤੁਤੀ ਜ਼ਿੰਮੇਵਾਰੀ ਤੋਂ ਭੱਜ ਗਏ ਜੇ ਜ਼ਿੰਮੇਵਾਰੀ ਤੋਂ ਭੱਜ ਗਏ ਪੰਜਾਬ ਦੀ ਜ਼ਿੰਮੇਵਾਰੀ ਤੋਂ ਭੱਜ ਗਏ ਤੇ ਗੱਲ ਕਿੱਥੇ ਕਰ ਗਏ ਤੇ ਇਹ ਦੋ ਬੱਚੇ ਤੁਹਾਡੇ ਬੱਚੇ ਨਹੀਂ ਸੀ ਪੰਜਾਬ ਦੀ ਖਾਤਰ ਤੁਸੀਂ ਇਹਨਾਂ ਨੂੰ ਜਿਹੜਾ ਪਰਿਵਾਰਕ ਰਿਸ਼ਤਿਆਂ ਤੋਂ ਅਲੱਗ ਕੀਤਾ ਤੇ ਹੁਣ ਰਿਸ਼ਤੇ ਜਿਹੜੇ ਨੇ ਨਵੇਂ ਕਿਉਂ ਬਣਾ ਰਹੇ ਓ ਕੀ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਨਾਲ ਉਹਨੇ ਕੁੜੀ ਨੇ ਸਾਫ਼ ਤੇ ਸਪਸ਼ਟ ਤੌਰ ਤੇ ਬੀਬੀ ਜ਼ਿਹਰਤ ਕੌਰ ਨੇ ਇਹ ਗੱਲ ਕਹੀ ਹੈ ਕਿ ਜੋ ਵੀ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਦੇਣਾ ਸੀ ਉਹ ਤਾਂ ਨਹੀਂ ਦੇ ਸਕੇ ਉਹ ਤਾਂ ਨਹੀਂ ਕਰ ਸਕਕੇ ਮੋੜ ਇਸ ਤੋਂ ਪਤਾ ਲੱਗਦਾ ਹੈ ਉਹਦੀ ਗੱਲ ਤੋਂ ਉਹਦੀ ਦਰਦ ਭਰੀ ਆਵਾਜ਼ ਤੋਂ ਕਿ ਉਹ ਫੇਰ ਜਿਹੜੇ ਆ ਪਰਿਵਾਰਕ ਸੰਜਣ ਦੇ ਵਿੱਚ ਬੰਨਣ ਲਈ ਮਾਨ ਸਾਹਿਬ ਨੇ ਤਰਲੋ ਮੱਚੀ ਹੋਣ ਦਾ ਯਤਨ ਪਜੇਤਨ ਕਰ ਦਿੱਤਾ ਲੇਕਿਨ ਇਹ ਯਤਨ ਪਜੇਤਨ ਕੀ ਕੀਤਾ ਕਿਸ ਤਰ੍ਹਾਂ ਕੀਤਾ ਕਿਵੇਂ ਕੀਤਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਮੁੱਖ ਮੰਤਰੀ ਸਾਹਿਬ ਨੇ ਨਵਾਂ ਬਦਲਾਅ ਲਿਆ ਹੁੰਦਾ ਵਿਆਹ ਕਰਾ ਕੇ ਆਪਣੇ ਪਹਿਲੇ ਪਰਿਵਾਰ ਨੂੰ ਧੀ ਨੂੰ ਪੁੱਤਰ ਨੂੰ ਤੇ ਘਰਵਾਲੀ ਨੂੰ ਜਿਹੜਾ ਪਰਮਾਰਿਕ ਰਿਸ਼ਤੇਆਂ ਤੋਂ ਅੱਡ ਕਰਕੇ ਫੇਰ ਮਾਨ ਸਾਹਿਬ ਦੇ ਹੋਰ ਕਈ ਐਮ ਐਲ ਏ ਮੈਂ ਨਾਂ ਨਹੀਂ ਲੈ ਰਿਹਾ ਹੋਰ ਕਈ ਜਿਹੜੇ ਮੰਤਰੀ ਸੀ ਉਹਨਾਂ ਨੇ ਵਿਆਹ ਕੀਤਾ ਜਿਵੇਂ ਹਰਜੋਤ ਬੈਂਸ ਹੈ ਉਹਨੇ ਆਈ ਪੀ ਐਸ ਜੋਤੀ ਨਾਲ ਵਿਆਹ ਕਰ ਲਿਆ ਇਸੇ ਤਰ੍ਹਾਂ ਕਈ ਹੋਰ ਸੀਗੀਆਂ ਐਮ ਐਲ ਏ ਟੀਆਂ ਜਿਨ੍ਹਾਂ ਨੇ ਆਪਣਾ ਵਿਆਹ ਕਰ ਲਿਆ ਇਹ ਇੱਕ ਨਵਾਂ ਬਦਲਾਅ ਸੀ ਲੇਕਿਨ ਪੰਜਾਬ ਦੇ ਲੋਕ ਇਹ ਕਹਿੰਦੇ ਨੇ ਬਦਲਾਅ ਦਾ ਰੌਲਾ ਤਾਂ ਹਰ ਰੋਜ਼ ਪਾ ਦਿੰਦੇ ਹੋ ਹੋਲਡਿੰਗਸ ਤੇ ਕੈਪਸ਼ਨ ਰੋਈ ਲਵਾ ਦਿੰਦੇ ਹੋ ਐਡਵਰਟਾਈਜ਼ਰ ਅਖਬਾਰਾਂ ਵਿੱਚ ਰੋਜ਼ ਕਰ ਦਿੰਦੇ ਹੋ ਉਹ ਬਦਲਾਅ ਹੈ ਕਿੱਥੇ ਆ ਮਾਨ ਸਾਹਿਬ ਜਰਾ ਇਹ ਤਾਂ ਦੱਸ ਦਿਓ ਬਦਲਾਅ ਇੱਕੋ ਹੀ ਆਇਆ ਕਿ ਤੁਸੀਂ ਜਿਹੜੀ ਹੈ ਡਰਾਈਵਰੀ ਕੀਤੀ ਏ ਆਪਣੇ ਹੈਲੀਕਾਪਟਰ ਦੇ ਵਿੱਚ ਕਿ ਜਿਹੜੀ ਬਾਲ ਨੂੰ ਕਿੱਥੋਂ ਕਿੱਥੋਂ ਦੀ ਸੈਰ ਕਰਾਈਏ ਉਹ ਕਿਤੇ ਖਰਚੇ ਤੇ ਕਰਾਈਏ ਉਹਦਾ ਜਵਾਬ ਮੰਗਣ ਲਈ ਜਿਹੜੀ ਹੈ ਆਰਟੀਆਈ ਐਕਟ ਵਿਸਟ ਨੇ ਜਿਹੜੀ ਪਾਈ ਹੈ ਉਹ ਇਸ ਕਰਕੇ ਨਹੀਂ ਉਹਦਾ ਜਵਾਬ ਦਿੱਤਾ ਗਿਆ ਸਿਕਿਉਰਿਟੀ ਰੀਜ਼ਨ ਹੈ ਸਿਕਿਉਰਿਟੀ ਰੀਜ਼ਨ ਕਹਦੇ ਆਂ ਭਈ ਜਦੋਂ ਤੁਸੀਂ ਉਡਾਰੀ ਲਾਏ ਉਡਾਰੀ ਲਾਉਣ ਤੋਂ ਬਾਅਦ ਉਹਨੇ ਤਾਂ ਇੱਕੋ ਹੀ ਗੱਲ ਕਹੀਏ ਵੀ ਖਰਚਾ ਕਿੰਨਾ ਹੋਇਆ ਇਹਨਾਂ ਹਰਤੇ ਉੱਥੋਂ ਦੀ ਉਡਾਰੀਆਂ ਲਈਏ ਡੈਸਟੀਨੇਸ਼ਨ ਤਾਂ ਸਾਰਿਆਂ ਨੂੰ ਪਤਾ ਸੀ ਬਿੱਤੂ ਤੁਸੀਂ ਕਿਹੜੇ ਡੈਸਟੀਨੇਸ਼ਨ ਤੇ ਗਏ ਹੋ ਭਾਵੇਂ ਉਹ ਰਾਜਸਥਾਨ ਸੀ ਤੇ ਭਾਵੇਂ ਉਹ ਮੱਧ ਪ੍ਰਦੇਸ਼ ਸੀ ਭਾਵੇਂ ਉਹ ਹਿਮਾਚਲ ਸੀ ਤੇ ਭਾਵੇਂ ਉਹ ਕਰਨਾਟਕਾ ਸੀ ਜਾਂ ਕਿੱਥੇ ਕਿੱਥੇ ਵੀ ਜਿੱਥੇ ਜਿੱਥੇ ਇਲੈਕਸ਼ਨ ਆ ਰਹੀ ਸੀ ਤੁਸੀਂ ਕਿਹ ਜਿਹੜੀ ਵੱਲ ਸਭ ਨੂੰ ਉਡਾਰੀਆਂ ਲਵਾਈਆਂ ਤੇ ਇਹਨਾਂ ਉਡਾਰੀਆਂ ਦੇ ਵਿੱਚ ਇਹ ਨਵੇਂ ਬਦਲਾਅ ਦੀਆਂ ਗੱਲਾਂ ਕਿੱਥੋਂ ਆਈਆਂ ਕਿਹੜੇ ਸਿਕਿਉਰਟੀ ਰੀਜ਼ਨ ਸੀ ਜੀ ਤੁਹਾਡੇ ਜਿਹੜੇ ਤੁਸੀਂ ਭੁੱਲ ਗਏ ਕਿ ਇਹ ਪੰਜਾਬ ਦੇ ਲੋਕਾਂ ਦੀ ਤੁਸੀਂ ਸੇਵਾ ਕੀਤੀ ਆਪਣੇ ਪਰਿਵਾਰ ਨੂੰ ਛੱਡ ਕੇ ਬੀਬੀ ਸਿਰਤ ਕੌਰ ਨੇ ਬੜੇ ਸਾਫ ਤੇ ਸਪੱਸ਼ਟ ਸ਼ਬਦਾਂ ਦੇ ਵਿੱਚ ਮਾਨ ਸਾਹਿਬ ਦੇ ਉੱਤੇ ਇਹ ਸਵਾਲ ਉਠਾਏ ਨੇ ਕਿਸੇ ਹੋਰ ਦੇ ਉੱਤੇ ਨਹੀਂ ਉਠਾਏ ਔਰ ਉਹਨੇ ਨਾਲ ਇਹ ਵੀ ਸਾਫ ਤੇ ਸਪੱਸ਼ਟ ਸ਼ਬਦਾਂ ਵਿੱਚ ਬੀਬੀ ਨੇ ਕਿਹਾ ਕਿ ਮੈਂ ਇਸ ਵੇਲੇ ਜਿਹੜੀ ਹੈ ਕਿਸੇ ਪੋਲੀਟੀਕਲ ਮੰਤਵ ਦੇ ਨਾਲ ਇਹ ਗੱਲ ਨਹੀਂ ਕਹਿ ਰਹੀ ਲੇਕਿਨ ਉਹਦੇ ਵਿੱਚ ਜਿਹੜੀ ਇਹ ਗੱਲ ਹੈ ਇੱਕ ਦਰਦ ਬਾਹਰ ਆਇਆ ਉਹ ਜਾਗਰ ਹੋਇਆ ਬੱਚੇ ਆਪਣੇ ਪਿਓ ਦਾ ਜਿਹੜਾ ਸੁੱਖ ਤੇ ਨਿਗ ਤੇ ਛਾਂ ਮਾਨ ਨਹੀਂ ਚਾਹੁੰਦੇ ਨੇ ਜਿਵੇਂ ਉਹ ਆਪਣੀ ਮਾਂ ਦੀ ਮਾਨਦੇ ਨੇ ਛਾਂ ਕਿਉਂਕਿ ਮਾਂ ਤੇ ਪਿਓ ਦਾ ਇਕੱਠੇ ਰਹਿਣਾ ਜਿਹੜਾ ਬਹੁਤ ਜ਼ਰੂਰੀ ਹੈ ਮਾਨ ਸਾਹਿਬ ਜੇ ਤੁthi ਇਸ ਪਰਿਵਾਰ ਨੂੰ ਆਪਣੀ ਧੀ ਨੂੰ ਤੇ ਪੁੱਤ ਨੂੰ ਤੇ ਆਪਣੀ ਧਰਮ ਪਤਨੀ ਨੂੰ ਪੰਜਾਬ ਦੀ ਖਾਤਰ ਰਾਜਨੀਤੀ ਦੀ ਖਾਤਰ ਅਲੱਗ ਕੀਤਾ ਤੇ ਫਿਰ ਤੁਹਾਨੂੰ ਮੁੜ ਉਹਨਾਂ ਗੱਲਾਂ ਦੇ ਉੱਤੇ ਧਰਮਪਤਨੀ ਲਿਆ ਕੇ ਵਿਆਹ ਕਰਾਉਣਾ ਤੇ ਫਿਰ ਅੱਗੋਂ ਨਵੇਂ ਬੱਚਾ ਪੈਦਾ ਕਰਨਾ ਤੀਜਾ ਜਿਹੜਾ ਸਾਥੀ ਹੋਏਗਾ ਤੁਹਾਡੇ ਪਰਿਵਾਰਕ ਸਾਂਝ ਦੇ ਵਿੱਚ ਉਹ ਕਿਸ ਤਰ੍ਹਾਂ ਦਾ ਤੁਸੀਂ ਹੈ ਜਿਹੜਾ ਖਿਲਾਅ ਹੈ ਉਹਨੂੰ ਪੂਰਨ ਦਾ ਯਤਨ ਕੀਤਾ ਜਾਂ ਖਿਲਾਅ ਨੂੰ ਵਿਵਸਥਾ ਦਾ ਯਤਨ ਕੀਤਾ ਇਹ ਜ਼ਰੂਰਦਾਰ ਤੇ ਨਾ ਕਿਉਂਕਿ ਇਹ ਗੱਲ ਕਰਨੀ ਤੁਹਾਡੇ ਨਾਲ ਹੀ ਇਸ ਲਈ ਜ਼ਰੂਰੀ ਸੀ ਕਿਉਂਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਦੇ ਖਾਤਰ ਤੁਸੀਂ ਆਪਣਾ ਪਰਿਵਾਰ ਛੱਡਿਆ ਕਿ ਤੁਸੀਂ ਪੰਜਾਬ ਨੂੰ ਵੀ ਛੱਡਣ ਦਾ ਯਤਨ ਕਰ ਰਹੇ ਹੋ ਉਹਨਾਂ ਨਾਲ ਧੋਖਾ ਕਰਨ ਦਾ ਯਤਨ ਕਰ ਰਹੇ ਹੋ ਜ਼ਰੂਰ ਮਾਨ ਸਾਹਿਬ ਮੈਂ ਤੁਹਾਨੂੰ ਇਹ ਇਤਲਾ ਵੀ ਦੇ ਦਿੱਤੀ ਏ ਤੇ ਹੁਣ ਮੈਂ ਤੁਹਾਨੂੰ ਸਲਾਹ ਵੀ ਦੇ ਦਿੱਤੀ ਏ ਕਿ ਘੱਟੋ ਘੱਟ ਆਪਣੀ ਤੀ ਸਿਰਤ ਕੋਰ ਦੀ ਆਵਾਜ਼ ਨੂੰ ਪਹਿਚਾਣਨ ਦਾ ਯਤਨ ਕਰ ਲੈਣਾ ਗੱਲਾਂ ਇੰਨੀਆਂ ਕੁ ਤੇ ਨਾਲ ਕਰਦਾ ਸਤਿ ਅਕਾਲ ਮੇਰੇ ਸੋਨੇ ਪੰਜਾਬ ਦੀ ਖੈਰ ਮੰਗਾ ਮੈਂ ਬਿਨਾ ਕਿਸੇ ਨਾਲ ਅਜਿਹੀ ਗੱਲ ਕਰਕੇ ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਬੈਰ ਮੈਂ ਮੰਗਾ ਆਪਣੇ ਪੰਜਾਬ ਦੇਸ਼ ਦੀ ਖੈਰ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਸਬਸਕ੍ਰਾਈਬ ਕਰ ਦੇਣਾ ਮੇਰੇ ਚੈਨਲ ਨੂੰ ਤੇ ਇਹ ਗੱਲ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਰਕਰਾਂ ਤੱਕ ਤੇ ਐਮਐਲਏ ਸਭਾਂ ਤੱਕ ਪਹੁੰਚਾ ਦੇਣਾ ਸਨੇ ਮਾਨ ਸਾਹਿਬ ਦੇ